ਸੜਕ ਕਿਨਾਰੇ ਖੜਿਆ ਇਹ ਟਿੱਪਰ ਇੱਕ ਵੱਡੇ ਹਾਦਸੇ ਦਾ ਕਾਰਨ ਬਣਿਆ ਜਦੋਂ ਇਸ ਟਿੱਪਰ ਦੇ ਵਿੱਚ ਇੱਕ ਗੱਡੀ ਆ ਕੇ ਟਕਰਾ ਜਾਂਦੀ ਹੈ ਅਤੇ ਗੱਡੀ ਦੇ ਵਿੱਚ ਸਵਾਰ 3 ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਅਤੇ ਗੱਡੀ ਦੇ ਵੀ ਪਰਖੱਚੇ ਉੱਡ ਜਾਂਦੇ ਨੇ। ਇਹ ਦਿਲ ਨੂੰ ਦਹਿਲਾ ਦੇਣ ਵਾਲੀਆਂ ਤਸਵੀਰਾਂ ਬਠਿੰਡਾ ਚੰਡੀਗੜ੍ਹ ਮਾਰਗ ਤੋਂ ਸਾਹਮਣੇ ਆਈਆਂ ਨੇ ਜਿੱਥੇ ਫਲਾਈਓਵਰ ਦੇ ਥੱਲੇ ਕਾਰ ਅਤੇ ਟਿੱਪਰ ਦਾ ਭਿਆਨਕ ਐਕਸੀਡੈਂਟ ਹੋਇਆ। ਬਠਿੰਡਾ ਦੇ ਵੱਲੋਂ ਜਾਣ ਵਾਲੀ ਕਾਰ ਫਲਾਈਓਵਰ ਦੇ ਕੋਲ ਹੀ ਖੜੇ ਇੱਕ ਮਿੱਟੀ ਦੇ ਟਿੱਪਰ ਦੇ ਨਾਲ ਜਾ ਟਕਰਾਉਂਦੀ ਹੈ ਤੇ ਇਸ ਹਾਦਸੇ ਦੇ ਵਿੱਚ ਕਾਰ ਸਵਾਰ 3 ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ, ਜਿਸ ਤੋਂ ਬਾਅਦ ਲੋਕਾਂ ਦੀ ਮਦਦ ਦੇ ਨਾਲ ਮ੍ਰਿਤਕਾਂ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ ਅਤੇ ਹਸਪਤਾਲ ਪਹੁੰਚਾਇਆ ਜਾਂਦਾ। ਉੱਥੇ ਮੌਕੇ ਤੇ ਪੁਲਿਸ ਵੀ ਪਹੁੰਚੀ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਟਿੱਪਰ ਚਾਲਕ ਦੇ ਖਿਲਾਫ ਵੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ। ਜਿਹੜੀ NH7 ਹੈ ਜੀ ਟੋਲ ਪਲਾਜ਼ੇ ਤੇ ਜਿਹੜੇ ਵੀ ਇਹਦੇ ਮਾਲਕ ਹੈ ਜਿਹੜੇ ਵੀ ਮੈਨੇਜਰ ਹੈ ਓਨਰ ਹੈ ਉਹਨਾਂ 'ਤੇ ਪਰਚਾ ਦਰਜ ਹੋਣਾ ਚਾਹੀਦਾ। ਤੁਸੀਂ ਦੇਖ ਸਕਦੇ ਹੋ ਵੀ ਇੰਨਾ ਪਾਣੀ ਖੜ੍ਹਾ, ਪਾਣੀ ਦਾ ਕੋਈ ਨਿਕਾਸ ਨਹੀਂ ਹੈਗਾ। ਇਹ ਜਿੱਥੋਂ ਤੱਕ ਜੱਜਮੈਂਟ ਦੇ ਹਿਸਾਬ ਨਾਲ ਜਿਹੜਾ ਐਕਸੀਡੈਂਟ ਹੋਇਆ ਇਹ ਪਾਣੀ ਕਰਕੇ ਹੀ ਹੋਇਆ। ਪਾਣੀ ਕਰਕੇ ਕਿਉਂ ਹੋਇਆ, ਗੱਡੀ ਸਲਿੱਪ ਵੀ ਹੋ ਸਕਦੀ ਹੈ ਅਤੇ ਜਿਹੜੇ ਇਹਨਾਂ ਦੀ ਮੌਤ ਦਾ ਕਾਰਨ ਹੈ ਉਹ ਟੋਲ ਪਲਾਜ਼ੇ ਵਾਲੇ ਜਿਹੜੇ NH7 ਦੇ ਹੈਗੇ ਆ ਉਹਨਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ। ਇੱਥੇ ਕੋਈ ਪਾਣੀ ਦਾ ਪ੍ਰਬੰਧ ਨਹੀਂ। ਜਿਹੜਾ ਸਾਡਾ ਬਠਿੰਡਾ ਬਰਨਾਲਾ ਰੋਡ 'ਤੇ ਨੈਸ਼ਨਲ ਹਾਈਵੇ 'ਤੇ ਓਵਰ ਬ੍ਰਿਜ ਹੈ ਉੱਥੇ ਬਿਲਕੁਲ ਵੀ ਪਾਣੀ ਦਾ ਨਿਕਾਸ ਨਹੀਂ। ਲੋਕ ਆਉਂਦੇ ਨੇ, ਇਹ ਪਾਣੀ ਕਰਕੇ ਵੀ ਐਕਸੀਡੈਂਟ ਹੋ ਸਕਦਾ। ਸੋ ਮੈਂ ਲੋਕਾਂ ਨੂੰ ਇੱਕ ਸੰਦੇਸ਼ ਵੀ ਦੇਣਾ ਚਾਹੁੰਦਾ ਵੀ ਜਿਹੜਾ ਸਾਡਾ ਓਵਰ ਬ੍ਰਿਜ ਬਣਿਆ ਪਿਆ ਗੱਡੀਆਂ ਹੌਲੀ ਚਲਾਓ। ਦੇਖਣ ਦੇ ਮੁਤਾਬਕ ਇਹ ਖੜ੍ਹੀ ਗੱਡੀ ਦੇ ਵਿੱਚ ਪਿੱਛੋਂ ਗੱਡੀ ਵੱਜੀ ਆ, ਹੋ ਸਕਦਾ ਮੂਰਲੀ ਨੇ ਬ੍ਰੇਕ ਮਾਰਤੀ ਹੋਣੀ। ਇਹ ਪੁਲਿਸ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਅਤੇ ਸਰਕਾਰ ਇਸ ਪਾਣੀ ਵੱਲ ਵੀ NH7 ਇਸ ਵੱਲ ਧਿਆਨ। ਸੜਕ ਕਿਨਾਰੇ ਖੜਿਆ ਇਹ ਟਿੱਪਰ ਇੱਕ ਵੱਡੇ ਹਾਦਸੇ ਦਾ ਕਾਰਨ ਬਣਿਆ ਜਦੋਂ ਇਸ ਟਿੱਪਰ ਦੇ ਵਿੱਚ ਇੱਕ ਗੱਡੀ ਆ ਕੇ ਟਕਰਾ ਜਾਂਦੀ ਹੈ ਅਤੇ ਗੱਡੀ ਦੇ ਵਿੱਚ ਸਵਾਰ 3 ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਅਤੇ ਗੱਡੀ ਦੇ ਵੀ ਪਰਖੱਚੇ ਉੱਡ ਜਾਂਦੇ ਨੇ। ਇਹ ਦਿਲ ਨੂੰ ਦਹਿਲਾ ਦੇਣ ਵਾਲੀਆਂ ਤਸਵੀਰਾਂ ਬਠਿੰਡਾ ਚੰਡੀਗੜ੍ਹ ਮਾਰਗ ਤੋਂ ਸਾਹਮਣੇ ਆਈਆਂ ਨੇ ਜਿੱਥੇ ਫਲਾਈਓਵਰ ਦੇ ਥੱਲੇ ਕਾਰ ਅਤੇ ਟਿੱਪਰ ਦਾ ਭਿਆਨਕ ਐਕਸੀਡੈਂਟ ਹੋਇਆ। ਬਠਿੰਡਾ ਦੇ ਵੱਲੋਂ ਜਾਣ ਵਾਲੀ ਕਾਰ ਫਲਾਈਓਵਰ ਦੇ ਕੋਲ ਹੀ ਖੜੇ ਇੱਕ ਮਿੱਟੀ ਦੇ ਟਿੱਪਰ ਦੇ ਨਾਲ ਜਾ ਟਕਰਾਉਂਦੀ ਹੈ ਤੇ ਇਸ ਹਾਦਸੇ ਦੇ ਵਿੱਚ ਕਾਰ ਸਵਾਰ 3 ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ, ਜਿਸ ਤੋਂ ਬਾਅਦ ਲੋਕਾਂ ਦੀ ਮਦਦ ਦੇ ਨਾਲ ਮ੍ਰਿਤਕਾਂ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ ਅਤੇ ਹਸਪਤਾਲ ਪਹੁੰਚਾਇਆ ਜਾਂਦਾ। ਉੱਥੇ ਮੌਕੇ ਤੇ ਪੁਲਿਸ ਵੀ ਪਹੁੰਚੀ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਟਿੱਪਰ ਚਾਲਕ ਦੇ ਖਿਲਾਫ ਵੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ। ਜਿਹੜੀ NH7 ਹੈ ਜੀ ਟੋਲ ਪਲਾਜ਼ੇ 'ਤੇ ਜਿਹੜੇ ਵੀ ਇਹਦੇ ਮਾਲਕ ਹੈ ਜਿਹੜੇ ਵੀ ਮੈਨੇਜਰ ਹੈ ਓਨਰ ਹੈ ਉਹਨਾਂ 'ਤੇ ਪਰਚਾ ਦਰਜ ਹੋਣਾ ਚਾਹੀਦਾ। ਤੁਸੀਂ ਦੇਖ ਸਕਦੇ ਹੋ ਵੀ ਇੰਨਾ ਪਾਣੀ ਖੜ੍ਹਾ, ਪਾਣੀ ਦਾ ਕੋਈ ਨਿਕਾਸ ਨਹੀਂ ਹੈਗਾ। ਇਹ ਜਿੱਥੋਂ ਤੱਕ ਜੱਜਮੈਂਟ ਦੇ ਹਿਸਾਬ ਨਾਲ ਜਿਹੜਾ ਐਕਸੀਡੈਂਟ ਹੋਇਆ ਇਹ ਪਾਣੀ ਕਰਕੇ ਹੀ ਹੋਇਆ। ਪਾਣੀ ਕਰਕੇ ਕਿਉਂ ਹੋਇਆ, ਗੱਡੀ ਸਲਿੱਪ ਵੀ ਹੋ ਸਕਦੀ ਹੈ ਅਤੇ ਜਿਹੜੇ ਇਹਨਾਂ ਦੀ ਮੌਤ ਦਾ ਕਾਰਨ ਹੈ ਉਹ ਟੋਲ ਪਲਾਜ਼ੇ ਵਾਲੇ ਜਿਹੜੇ NH7 ਦੇ ਹੈਗੇ ਆ ਉਹਨਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ। ਇੱਥੇ ਕੋਈ ਪਾਣੀ ਦਾ ਪ੍ਰਬੰਧ ਨਹੀਂ। ਜਿਹੜਾ ਸਾਡਾ ਬਠਿੰਡਾ ਬਰਨਾਲਾ ਰੋਡ 'ਤੇ ਨੈਸ਼ਨਲ ਹਾਈਵੇ 'ਤੇ ਓਵਰ ਬ੍ਰਿਜ ਹੈ ਉੱਥੇ ਬਿਲਕੁਲ ਵੀ ਪਾਣੀ ਦਾ ਨਿਕਾਸ ਨਹੀਂ। ਲੋਕ ਆਉਂਦੇ ਨੇ, ਇਹ ਪਾਣੀ ਕਰਕੇ ਵੀ ਐਕਸੀਡੈਂਟ ਹੋ ਸਕਦਾ। ਸੋ ਮੈਂ ਲੋਕਾਂ ਨੂੰ ਇੱਕ ਸੰਦੇਸ਼ ਵੀ ਦੇਣਾ ਚਾਹੁੰਦਾ ਵੀ ਜਿਹੜਾ ਸਾਡਾ ਓਵਰ ਬ੍ਰਿਜ ਬਣਿਆ ਪਿਆ ਗੱਡੀਆਂ ਹੌਲੀ ਚਲਾਓ। ਦੇਖਣ ਦੇ ਮੁਤਾਬਕ ਇਹ ਖੜ੍ਹੀ ਗੱਡੀ ਦੇ ਵਿੱਚ
ਦੇਖਣ ਦੇ ਮੁਤਾਬਕ ਖੜ੍ਹੀ ਗੱਡੀ ਦੇ ਵਿੱਚ ਪਿੱਛੋਂ ਗੱਡੀ ਵੱਜੀ ਆ, ਹੋ ਸਕਦਾ ਮੂਰਲੀ ਨੇ ਬ੍ਰੇਕ ਮਾਰਤੀ। ਹੁਣ ਇਹ ਪੁਲਿਸ ਇਨਵੈਸਟੀਗੇਸ਼ਨ ਦਾ ਵਿਸ਼ਾ ਅਤੇ ਸਰਕਾਰ ਇਸ ਪਾਣੀ ਵੱਲ ਵੀ NH7 ਇਸ ਵੱਲ ਧਿਆਨ।